ਸਤਿ ਸ਼੍ਰੀ ਅਕਾਲ, ਨਮਸਕਾਰ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਵਿਸ਼ਾਖਾ ਸ਼ਰਮਾ। ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੀ ਹਾਂ। ਸੋ ਇਸ ਸ਼ੋਅ ਦੇ ਵਿੱਚ ਤੁਹਾਨੂੰ ਗੰਭੀਰ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਵੱਖ ਵੱਖ ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਕਿ ਤੁਸੀਂ ਸਭ ਤੰਦਰੁਸਤ ਰਹੋ। ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬਿਮਾਰੀ ਬਾਰੇ ਦੱਸਾਂਗੇ ਜੋ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲ ਰਹੀ ਹੈ। ਇਸ ਬਿਮਾਰੀ ਦਾ ਨਾਮ ਹੈ ਮੰਕੀ ਪੌਕਸ। ਹੁਣ ਤੱਕ ਇਸ ਅਜੀਬੋ ਗਰੀਬ ਬਿਮਾਰੀ ਦੇ ਭਾਰਤ ਵਿੱਚ 30 ਮਾਮਲੇ ਦਰਜ ਕੀਤੇ ਗਏ ਨੇ, ਜਿਸ ਕਾਰਨ ਸਿਹਤ ਮੰਤਰਾਲਾ ਵੀ ਅਲਰਟ ਹੋ ਚੁੱਕਿਆ। ਸੋ ਅਸੀਂ ਅੱਜ ਇਸੇ ਸੰਬੰਧੀ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਇਸ ਬਿਮਾਰੀ ਤੋਂ ਬਚਣ ਸੰਬੰਧੀ ਸਾਰੀ ਜਾਣਕਾਰੀ ਵੀ ਲਵਾਂਗੇ। ਪਰ ਸਭ ਤੋਂ ਪਹਿਲਾਂ ਸਾਡੀ ਇੱਕ ਖਾਸ ਰਿਪੋਰਟ 'ਤੇ ਨਜ਼ਰ ਮਾਰਾਂਗੇ। ਵਿੱਚ ਮੰਕੀ ਪੌਕਸ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰਾਲਾ ਵੀ ਅਲਰਟ ਹੋ ਗਿਆ। 2022 ਤੋਂ ਲੈ ਕੇ ਮਾਰਚ 2024 ਤੱਕ ਭਾਰਤ ਵਿੱਚ ਕਰੀਬ 30 ਮਾਮਲੇ ਮੰਕੀ ਪੌਕਸ ਦੇ ਸਾਹਮਣੇ ਆ ਚੁੱਕੇ ਨੇ। ਪਰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਬਿਮਾਰੀ ਹੈ ਕੀ ਤੇ ਇਸ ਦੇ ਕੀ ਕਾਰਨ ਨੇ। ਦਰਅਸਲ ਮੰਕੀ ਪੌਕਸ ਇੱਕ ਦੁਰਲੱਭ ਵਾਇਰਲ ਬਿਮਾਰੀ ਹੈ ਜੋ ਮੂਲ ਰੂਪ ਵਿੱਚ ਪ੍ਰਾਈਮੇਟਸ ਵਿੱਚ ਹੁੰਦੀ ਹੈ, ਜਿਵੇਂ ਕਿ ਬਾਂਦਰਾਂ ਵਿੱਚ, ਪਰ ਹੁਣ ਇਹ ਮਨੁੱਖਾਂ ਵਿੱਚ ਵੀ ਫੈਲ ਰਹੀ ਹੈ। ਇਹ ਬਿਮਾਰੀ ਪੌਕਸ ਵਾਇਰਸ ਦੀ ਇੱਕ ਕਿਸਮ ਦੇ ਕਾਰਨ ਹੁੰਦੀ ਹੈ ਅਤੇ ਇਸ ਦੇ ਲੱਛਣ ਜ਼ਿਆਦਾਤਰ ਚੇਚਕ ਦੇ ਲੱਛਣਾਂ ਵਰਗੇ ਹੁੰਦੇ ਨੇ, ਪਰ ਮੁਕਾਬਲਤਨ ਹਲਕੇ ਹੁੰਦੇ ਨੇ। ਇਹ ਵਾਇਰਸ ਸੰਕ੍ਰਮਿਤ ਵਿਅਕਤੀ ਜਾਂ ਜਾਨਵਰ ਦੇ ਨਜ਼ਦੀਕੀ ਸੰਪਰਕ ਦੁਆਰਾ ਫੈਲਦਾ ਹੈ। ਮਨੁੱਖਾਂ ਵਿੱਚ ਚਮੜੀ ਦੇ ਜ਼ਖਮਾਂ, ਚਮੜੀ ਤੋਂ ਚਮੜੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਕਿਸੇ ਲਾਗ ਵਾਲੇ ਵਿਅਕਤੀ ਦੇ ਬਹੁਤ ਨੇੜੇ ਬੋਲਣ ਜਾਂ ਸਾਹ ਲੈਣ ਦੇ ਨਾਲ ਫੈਲ ਸਕਦਾ ਹੈ। ਇਹ ਦੂਸ਼ਿਤ ਵਸਤੂਆਂ ਜਿਵੇਂ ਕਿ ਬਿਸਤਰੇ, ਕੱਪੜੇ ਅਤੇ ਤੌਲੀਏ ਰਾਹੀਂ ਵੀ ਫੈਲ ਸਕਦਾ ਹੈ, ਕਿਉਂਕਿ ਵਾਇਰਸ ਚਮੜੀ, ਸਾਹ ਦੀ ਨਾਲੀ ਜਾਂ ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ। ਮੰਕੀ ਪੌਕਸ ਦੇ ਲੱਛਣ ਆਮ ਤੌਰ 'ਤੇ 5 ਤੋਂ 21 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਨੇ। ਮੰਕੀ ਪੌਕਸ ਦੇ ਲੱਛਣ: ਬੁਖਾਰ ਹੋਣਾ, ਠੰਡਾ ਅਤੇ ਪਸੀਨਾ ਮਹਿਸੂਸ ਕਰਨਾ, ਸਿਰ ਦਰਦ ਹੋਣਾ, ਮਾਸਪੇਸ਼ਕਾਂ ਅਤੇ ਪਿੱਠ ਦਰਦ ਹੋਣਾ, ਥਕਾਵਟ, ਸੁੱਜੇ ਹੋਏ ਲਿੰਫ ਨੋਡਸ, ਚਮੜੀ ਦੇ ਧੱਫੜ, ਧੱਫੜ ਹੌਲੀ ਹੌਲੀ ਮਾਸਪੇਸ਼ੀਆਂ ਦੇ ਛਾਲੇ ਅਤੇ ਫਿਰ ਖੁਰਕ ਵਿੱਚ ਬਦਲ ਜਾਂਦੇ ਨੇ। ਕਿਵੇਂ ਫੈਲਦਾ ਹੈ ਮੰਕੀ ਪੌਕਸ? ਮੰਕੀ ਪੌਕਸ ਆਮ ਤੌਰ 'ਤੇ ਸੰਕ੍ਰਮਿਤ ਜਾਨਵਰਾਂ, ਬਾਂਦਰ, ਚੂਹੇ ਜਾਂ ਸੂਰ ਦੇ ਸੰਪਰਕ ਦੁਆਰਾ ਫੈਲਦਾ ਹੈ। ਇਸ ਤੋਂ ਇਲਾਵਾ ਵਾਇਰਸ ਮਨੁੱਖ ਤੋਂ ਮਨੁੱਖ ਤੱਕ ਵੀ ਫੈਲ ਸਕਦਾ ਹੈ ਕਿਸੇ ਲਾਗ ਵਾਲੇ ਵਿਅਕਤੀ ਦੇ ਧੱਫੜ ਨਾਲ ਸੰਪਰਕ ਹੋਣ ਕਾਰਨ, ਪੀੜਤ ਵਿਅਕਤੀ ਦੁਆਰਾ ਵਰਤੇ ਗਏ ਕੱਪੜਿਆਂ ਦੇ ਸੰਪਰਕ ਵਿੱਚ ਆਉਣ ਕਾਰਨ, ਸਾਹ ਦੀਆਂ ਬੂੰਦਾਂ ਰਾਹੀਂ ਵੀ ਵਾਇਰਸ ਫੈਲਦਾ ਹੈ। ਮੰਕੀ ਪੌਕਸ ਦੀ ਪਛਾਣ ਪਹਿਲੀ ਵਾਰ 1958 ਵਿੱਚ ਹੋਈ ਸੀ ਜਦੋਂ 2 ਵੱਖ-ਵੱਖ ਕਲੋਨੀਆਂ ਵਿੱਚ ਬਾਂਦਰਾਂ ਵਿੱਚ ਇੱਕ ਅਣਜਾਣ ਬਿਮਾਰੀ ਦਾ ਪ੍ਰਕੋਪ ਹੋਇਆ ਸੀ। ਹਾਲਾਂਕਿ ਇਸ ਦਾ ਪਹਿਲਾ ਮਨੁੱਖੀ ਕੇਸ 1970 ਵਿੱਚ ਦਰਜ ਕੀਤਾ ਗਿਆ। ਪਹਿਲਾ ਮਨੁੱਖੀ ਕੇਸ ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਇੱਕ 9 ਸਾਲ ਦੇ ਬੱਚੇ ਵਿੱਚ ਮੰਕੀ ਪੌਕਸ ਦੇ ਲੱਛਣ ਦੇਖੇ ਗਏ, ਜੋ ਇੱਕ ਜੰਗਲੀ ਖੇਤਰ ਵਿੱਚ ਰਹਿ ਰਿਹਾ ਸੀ ਅਤੇ ਸੰਭਾਵੀ ਤੌਰ 'ਤੇ ਸੰਕ੍ਰਮਿਤ ਜਾਨਵਰਾਂ ਦੇ ਸੰਪਰਕ ਵਿੱਚ ਆਇਆ ਸੀ। ਇਸ ਬੱਚੇ ਦੇ ਲੱਛਣਾਂ ਵਿੱਚ ਬੁਖਾਰ ਅਤੇ ਚਮੜੀ ਦੇ ਧੱਫੜ ਸ਼ਾਮਲ ਸਨ ਅਤੇ ਵਾਇਰਸ ਇਲਾਜ ਯੋਗ ਨਹੀਂ ਸੀ। ਮੰਕੀ ਪੌਕਸ ਦੀ ਗੰਭੀਰਤਾ ਵਿਅਕਤੀ ਦੀ ਸਿਹਤ ਅਤੇ ਵਾਇਰਸ ਦੇ ਤਣਾਅ 'ਤੇ ਨਿਰਭਰ ਕਰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਬਿਮਾਰੀ ਹਲਕੀ ਹੁੰਦੀ ਹੈ ਅਤੇ ਜ਼ਿਆਦਾਤਰ ਲੋਕ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਨੇ। ਹਾਲਾਂਕਿ ਇਹ ਕੁਝ ਮਾਮਲਿਆਂ ਵਿੱਚ ਗੰਭੀਰ ਹੋ ਸਕਦਾ ਹੈ, ਖਾਸ ਤੌਰ 'ਤੇ ਬੱਚਿਆਂ, ਗਰਭਵਤੀ ਔਰਤਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿੱਚ ਇਹ ਬਿਮਾਰੀ ਗੰਭੀਰ ਹੋ ਸਕਦੀ ਹੈ। ਮੰਕੀ ਪੌਕਸ ਦਾ ਇਲਾਜ ਅਤੇ ਰੋਕਥਾਮ:
ਮੰਕੀ ਪੌਕਸ ਲਈ ਕੋਈ ਖਾਸ ਐਂਟੀਵਾਇਰਲ ਦਵਾਈਆਂ ਨਹੀਂ ਹਨ, ਪਰ ਬੁਖਾਰ ਅਤੇ ਦਰਦ ਤੋਂ ਰਾਹਤ ਲਈ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਟੀਕਾਕਰਨ ਨਾਲ ਬਿਮਾਰੀ ਦੇ ਜੋਖਮ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਮੰਕੀ ਪੌਕਸ ਨੂੰ ਰੋਕਣ ਲਈ ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਤੋਂ ਬਚੋ। ਆਪਣੇ ਘਰ ਅਤੇ ਨਿੱਜੀ ਸਫਾਈ ਨੂੰ ਬਣਾਈ ਰੱਖੋ। ਸੰਕ੍ਰਮਿਤ ਜਾਨਵਰਾਂ ਤੋਂ ਦੂਰ ਰਹੋ। ਮੰਕੀ ਪੌਕਸ ਦੇ ਮਾਮਲੇ ਕੁਝ ਦੇਸ਼ਾਂ ਵਿੱਚ ਆਮ ਹੋ ਗਏ ਨੇ ਅਤੇ ਵਿਸ਼ਵ ਸਿਹਤ ਸੰਗਠਨ ਯਾਨੀ WHO ਅਤੇ ਸਥਾਨਕ ਸਿਹਤ ਵਿਭਾਗ ਇਸ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੇ ਨੇ। ਜੇ ਤੁਸੀਂ ਮੰਕੀ ਪੌਕਸ ਦੇ ਲੱਛਣ ਦੇਖਦੇ ਹੋ ਜਾਂ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਉਸੇ ਸਮੇਂ ਹੀ ਡਾਕਟਰੀ ਸਹਾਇਤਾ ਲੈਣੀ ਮਹੱਤਵਪੂਰਨ ਹੈ। ਸੋ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਕਿ ਮੰਕੀ ਪੌਕਸ ਬਹੁਤ ਹੀ ਦੁਰਲੱਭ ਬਿਮਾਰੀ ਹੈ ਜੋ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ। ਇਸ ਸੰਬੰਧੀ ਬਹੁਤ ਸਾਰੇ ਜਿਹੜੇ ਡਾਊਟਸ ਨੇ, ਬਹੁਤ ਸਾਰੇ ਸਵਾਲ ਨੇ, ਉਹ ਅਸੀਂ ਡਾਕਟਰ ਤੋਂ ਜਾਣਾਂਗੇ। ਸਾਡੇ ਨਾਲ ਇਸ ਸਮੇਂ ਮਾਹਿਰ ਡਾਕਟਰ ਜੁੜੇ ਨੇ, ਡਾਕਟਰ ਅਕਸ਼ਦੀਪ ਕੌਰ ਸਾਡੇ ਨਾਲ ਜੁੜੇ ਨੇ। ਡਾਕਟਰ, ਤੁਹਾਡਾ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ 'ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਥੈਂਕ ਯੂ ਜੀ। ਮੈਮ, ਅੱਜ ਅਸੀਂ ਗੱਲ ਕਰ ਰਹੇ ਹਾਂ ਮੰਕੀ ਪੌਕਸ ਬਾਰੇ। ਬਹੁਤ ਨਾਮ ਤੋਂ ਹੀ ਇਹ ਜਾਣਿਆ ਜਾਂਦਾ ਹੈ ਕਿ ਇਹ ਜਿਹੜੀ ਬਿਮਾਰੀ ਹੈ ਯਾਨੀ ਕਿ ਬਾਂਦਰਾਂ ਦੇ ਨਾਲ ਜੁੜੀ ਹੋਈ ਬਿਮਾਰੀ ਜੋ ਇਨਸਾਨਾਂ ਤੱਕ ਫੈਲ ਰਹੀ ਹੈ, ਲੇਕਿਨ ਸਿਰਫ ਇਸ ਦੇ ਨਾਮ ਨਾਲ ਅਸੀਂ ਇਹ ਨਹੀਂ ਪਤਾ ਲਗਾ ਸਕਦੇ ਕਿ ਬਿਮਾਰੀ ਕਿੰਨੀ ਕੁ ਜ਼ਿਆਦਾ ਗੰਭੀਰ ਹੋ ਸਕਦੀ ਹੈ। ਅੱਜ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਮੰਕੀ ਪੌਕਸ ਆਖਿਰਕਾਰ ਹੈ ਕੀ, ਇਹ ਕਿੰਨਾ ਕੁ ਨੁਕਸਾਨਦੇਹ ਹੋ ਸਕਦਾ, ਇਸ ਬਾਰੇ ਪੂਰੀ ਡਿਟੇਲ ਜਾਣਕਾਰੀ ਕੀ ਹੈ? ਹਾਂਜੀ, ਜਿਵੇਂ ਕਿ ਤੁਸੀਂ ਆਪਣੀ ਰਿਪੋਰਟ ਵਿੱਚ ਸ਼ੇਅਰ ਕੀਤਾ, ਮੰਕੀ ਪੌਕਸ ਬੇਸਿਕਲੀ ਇੱਕ ਵਾਇਰਲ ਬਿਮਾਰੀ ਹੈ। ਇਹ ਵਾਇਰਲ ਬਿਮਾਰੀ ਮੰਕੀ ਪੌਕਸ ਦੇ ਵਾਇਰਸ ਨਾਲ ਫੈਲਦੀ ਹੈ। ਇਹ ਜਿਵੇਂ ਕਿ ਤੁਸੀਂ ਦੱਸਿਆ ਰਿਪੋਰਟ ਵਿੱਚ, ਇਹਦਾ ਪਹਿਲਾ ਕੇਸ 1958 ਵਿੱਚ ਆਇਆ ਸੀਗਾ, ਐਂਡ ਜਿਹੜੇ ਮੰਕੀਜ਼ ਲੈਬ ਐਕਸਪੈਰੀਮੈਂਟਸ ਵਿੱਚ ਯੂਜ਼ ਕੀਤੇ ਜਾਂਦੇ ਨੇ ਉਹਨਾਂ ਮੰਕੀਜ਼ ਵਿੱਚ ਇਹ ਵਾਇਰਸ ਸਭ ਤੋਂ ਪਹਿਲਾਂ ਆਈਸੋਲੇਟ ਹੋਇਆ ਸੀਗਾ। ਇਹ ਹੌਲੀ ਹੌਲੀ ਜਿਹੜਾ ਜਾਨਵਰਾਂ ਦੀ ਟਰਾਂਸਮਿਸ਼ਨ ਹੈ ਉਹ ਜਾਨਵਰਾਂ ਤੋਂ ਲੈ ਕੇ ਹਿਊਮਨਸ ਵਿੱਚ ਟਰਾਂਸਮਿਸ਼ਨ ਇਹਦੀ ਸ਼ੁਰੂ ਹੋਈ, ਅਤੇ ਪਹਿਲਾ ਕੇਸ ਜਿਵੇਂ ਕਿ ਤੁਸੀਂ ਦੱਸਿਆ 1970 ਵਿੱਚ ਆਇਆ ਸੀ। ਇਹ ਬਿਮਾਰੀ ਹਿਊਮਨਸ ਵਿੱਚ ਉਦੋਂ ਦੀ ਵੱਧਦੀ ਜਾ ਰਹੀ ਹੈ ਅਤੇ ਫੈਲਦੀ ਫੈਲਦੀ ਅੱਜ ਇੱਕ ਪਬਲਿਕ ਹੈਲਥ ਐਮਰਜੈਂਸੀ ਬਣ ਗਈ ਹੈ। ਫਸਟ ਆਫ ਆਲ ਅਸੀਂ ਦਰਸ਼ਕਾਂ ਨੂੰ ਦੱਸਾਂਗੇ ਕਿ ਇਹ ਬਿਮਾਰੀ ਬੇਸਿਕਲੀ ਸੈਂਟਰਲ ਐਂਡ ਵੈਸਟਰਨ ਅਫਰੀਕਾ ਦੀ ਹੈ। ਇਹਨਾਂ ਨੂੰ ਐਂਡੈਮਿਕ ਕੰਟਰੀਜ਼ ਕਹਿੰਦੇ ਨੇ ਜਿੱਥੇ ਕਿ ਇਹ ਬਿਮਾਰੀ ਜ਼ਿਆਦਾ ਕਾਮਨ ਹੈ। ਇਹਨਾਂ ਕੰਟਰੀਜ਼ ਵਿੱਚ ਮੰਕੀ ਪੌਕਸ ਬਹੁਤ ਕਾਮਨ ਹੈ, ਐਂਡ ਅੱਜ ਤੱਕ ਇਹਦੇ 99,000 ਕੇਸਿਸ ਆ ਚੁੱਕੇ ਨੇ, ਐਂਡ 200 ਦੇ ਅਰਾਊਂਡ ਇਹਦੇ ਕਰਕੇ ਜਾਂ ਇਹਦੀਆਂ ਕੰਪਲੀਕੇਸ਼ਨਸ ਕਰਕੇ ਡੈਥਸ ਹੋ ਚੁੱਕੀਆਂ ਨੇ। ਹਾਵੇਵਰ, ਇੰਡੀਆ ਵਿੱਚ ਇਹ ਬਿਮਾਰੀ ਹਜੇ ਇੰਨੀ ਪ੍ਰੈਵਲੈਂਟ ਨਹੀਂ ਹੈਗੀ। ਇੰਡੀਆ ਵਿੱਚ ਪਹਿਲਾ ਕੇਸ 2022 ਵਿੱਚ ਆਇਆ ਸੀਗਾ, ਐਂਡ ਅੱਜ ਤੱਕ ਟੋਟਲ ਇੰਡੀਆ ਵਿੱਚ 30 ਕੇਸਿਸ ਆਏ ਨੇ। ਲੇਕਿਨ ਇਸ ਬਿਮਾਰੀ ਦੇ ਫੈਲਣ ਤੋਂ ਇੱਕ ਐਮਰਜੈਂਸੀ ਕ੍ਰੀਏਟ ਹੋ ਗਈ ਹੈ। ਅੱਜ WHO ਨੇ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਹੈ, ਐਂਡ ਇੰਡੀਆ ਦੀ ਹੈਲਥ ਮਿਨਿਸਟਰੀ ਨੇ ਵੀ ਇੱਕ ਐਮਰਜੈਂਸੀ ਡਿਕਲੇਅਰ ਕੀਤੀ ਹੈ ਕਿ ਸਾਨੂੰ ਇਸ ਬਿਮਾਰੀ ਨੂੰ ਇੱਥੇ ਰੋਕਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਬਿਮਾਰੀ ਦੇ ਲੱਛਣ ਕੈਨ ਬੀ ਮਾਈਲਡ ਅਤੇ ਬਹੁਤ ਸੀਵੀਅਰ ਵੀ ਹੋ ਸਕਦੇ ਨੇ। ਇਹ ਬਿਮਾਰੀ ਬੱਚਿਆਂ ਵਿੱਚ ਅਤੇ ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ਡ ਹੈ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕਰਦੀ ਹੈ। ਇਹਦੇ ਸਿਮਟਮਸ ਸਮਾਲ ਪੌਕਸ ਵਰਗੇ ਹੁੰਦੇ ਨੇ, ਜਿਹਨੂੰ ਕਿ ਚੇਚਕ ਕਹਿੰਦੇ ਨੇ, ਐਂਡ ਇਹਦੇ ਸਿਮਟਮਸ ਸ਼ੁਰੂ ਹੁੰਦੇ ਨੇ ਬੁਖਾਰ ਤੋਂ। ਜਦੋਂ ਵੀ ਕਿਸੇ ਸੰਕ੍ਰਮਿਤ ਵਿਅਕਤੀ ਨਾਲ ਕੰਟੈਕਟ ਹੁੰਦਾ ਹੈ ਜਾਂ ਕਿਸੇ ਸੰਕ੍ਰਮਿਤ ਜਾਨਵਰ ਨਾਲ ਕੰਟੈਕਟ ਹੁੰਦਾ ਹੈ,
ਉਸ ਤੋਂ 5 ਤੋਂ ਲੈ ਕੇ 21 ਦਿਨਾਂ ਦੇ ਵਿੱਚ ਵਿੱਚ ਇਹਦੇ ਸਿੰਪਟਮਸ ਆਉਣੇ ਸ਼ੁਰੂ ਹੁੰਦੇ ਨੇ। ਸਭ ਤੋਂ ਪਹਿਲਾਂ ਸਿੰਪਟਮ ਇਹਦਾ ਹੁੰਦਾ ਹੈ ਬੁਖਾਰ, ਬੁਖਾਰ ਜੋ ਕਿ ਬਹੁਤ ਹਾਈ ਗ੍ਰੇਡ ਹੁੰਦਾ ਹੈ ਅਤੇ ਇਹ ਠੰਡ ਲੱਗ ਕੇ ਆਉਂਦਾ ਹੈ, ਇਹਦੇ ਨਾਲ ਕਾਂਬਾ ਵੀ ਚੜ ਸਕਦਾ ਹੈ। ਇਹਦੇ ਨਾਲ ਨਾਲ ਸਿਰ ਦਰਦ, ਬੋਡੀ ਏਕ, ਪੇਨ ਅਤੇ ਲਿੰਫ ਨੋਡਸ ਦਾ ਸੁੱਜ ਜਾਣਾ, ਇਹ ਸਾਰੇ ਸਿੰਪਟਮਸ ਮੰਕੀ ਪੌਕਸ ਦੇ ਲੱਛਣ ਨੇ। ਬੁਖਾਰ ਦੇ ਸਟਾਰਟ ਹੋਣ ਤੋਂ 1 ਤੋਂ 3 ਦਿਨ ਦੇ ਬਾਅਦ ਇਹਦੇ ਨਾਲ ਸਕਿਨ 'ਤੇ ਇੱਕ ਰੈਸ਼ ਸ਼ੁਰੂ ਹੁੰਦਾ ਹੈ। ਇਹ ਰੈਸ਼ ਟਿਪੀਕਲੀ ਫੇਸ 'ਤੇ ਸ਼ੁਰੂ ਹੁੰਦਾ ਹੈ ਐਂਡ ਇਹ ਪੂਰੀ ਬੋਡੀ ਵਿੱਚ ਫੈਲ ਜਾਂਦਾ ਹੈ। ਸਪੈਸੀਫਿਕਲੀ ਜਿਹੜੇ ਸਾਡੀ ਪਾਮਸ ਐਂਡ ਸੋਲਸ ਹੁੰਦੇ ਨੇ, ਇਹ ਉਹਨਾਂ ਨੂੰ ਵੀ ਇਫੈਕਟ ਕਰਦਾ ਹੈ। ਇਹ ਇੱਕ ਬਹੁਤ ਇੰਪੋਰਟੈਂਟ ਡਿਫਰੈਂਸ ਹੈ ਜੋ ਕਿ ਇਹਨੂੰ ਚਿਕਨ ਪੌਕਸ ਤੋਂ ਡਿਫਰੈਂਸ਼ੀਏਟ ਕਰਦਾ ਹੈ। ਇਹ ਯੂਜੁਅਲੀ ਇੰਨਾ ਸੀਵੀਅਰ ਇਲਨੈਸ ਨਹੀਂ ਹੁੰਦਾ ਜੇ ਕਿਸੇ ਵੀ ਇਨਸਾਨ ਦਾ ਇਮਿਊਨ ਸਿਸਟਮ ਸਟਰੋਂਗ ਹੈ ਐਂਡ ਬੋਡੀ ਉਹਨੂੰ ਫਾਈਟ ਕਰ ਸਕਦੀ ਹੈ। ਲੇਕਿਨ ਬੱਚਿਆਂ ਵਿੱਚ, ਪ੍ਰੈਗਨੈਂਟ ਫੀਮੇਲਸ ਵਿੱਚ ਜਾਂ ਜਿਨ੍ਹਾਂ ਲੋਕਾਂ ਵਿੱਚ ਇਮਿਊਨ ਸਿਸਟਮ ਕੰਪਰੋਮਾਈਜ਼ਡ ਹੁੰਦਾ ਹੈ, ਉਹਦੇ ਵਿੱਚ ਇਹਦੀਆਂ ਫਰਦਰ ਕੰਪਲੀਕੇਸ਼ਨਸ ਬਣ ਸਕਦੀਆਂ ਨੇ। ਇਹਦੀਆਂ ਕੰਪਲੀਕੇਸ਼ਨਸ ਹੋ ਸਕਦੀਆਂ ਨੇ ਨਿਮੋਨੀਆ, ਸੈਪਸਿਸ, ਪੂਰੀ ਬੋਡੀ ਵਿੱਚ ਇਨਫੈਕਸ਼ਨ ਦਾ ਫੈਲ ਜਾਣਾ ਐਂਡ ਬਹੁਤ ਜ਼ਿਆਦਾ ਕੰਪਲੀਕੇਸ਼ਨ ਤੋਂ ਬਾਅਦ ਇਹਦੇ ਨਾਲ ਡੈਥ ਵੀ ਹੋ ਸਕਦੀ ਹੈ। ਜੀ ਠੀਕ ਹੈ ਮੈਮ, ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਅਸੀਂ ਉਹਨਾਂ ਦਾ ਸਵਾਲ ਜ਼ਰੂਰ ਜਾਣਾਂਗੇ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ? ਸੋ ਅਸੀਂ ਬੇਨਤੀ ਕਰਾਂਗੇ ਤੁਸੀਂ ਮੁੜ ਤੋਂ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਤਾਂ ਜਿਸ ਤਰੀਕੇ ਦੇ ਨਾਲ ਮੈਮ ਤੁਸੀਂ ਵੀ ਦੱਸਿਆ ਕਿ ਸਭ ਤੋਂ ਜਿਹੜਾ ਲੱਛਣ ਹੈ ਉਹ ਬੁਖਾਰ ਹੋਣਾ, ਅਤੇ ਅਸੀਂ ਇਹ ਵੀ ਦੇਖਿਆ ਕਿ ਇਸਦੇ ਜ਼ਿਆਦਾਤਰ ਜਿਹੜੇ ਹੈ ਜਿਹੜੇ ਰੈਸ਼ਿਸ ਦੀ ਤੁਸੀਂ ਗੱਲ ਕਰ ਰਹੇ ਸੀ, ਚੇਚਕ ਦੇ ਨਾਲ ਮਿਲਦੇ ਜੁਲਦੇ ਜਿਹੜੇ ਲੱਛਣ ਹੁੰਦੇ ਨੇ। ਲੇਕਿਨ ਜੇਕਰ ਕਿਸੇ ਨੂੰ ਮੰਕੀ ਪੌਕਸ ਹੁੰਦਾ, ਉਹ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਕਿ ਇੱਕ ਚਿਕਨ ਪੌਕਸ ਨੇ ਜਾਂ ਫਿਰ ਇਹ ਮੰਕੀ ਪੌਕਸ ਦੇ ਲੱਛਣ ਹੋ ਸਕਦੇ ਨੇ? ਇਸਦੇ ਵਿੱਚ ਕੀ ਇੱਕ ਜਿਹੜਾ ਮੁੱਖ ਡਿਫਰੈਂਸ ਦੇਖਣ ਨੂੰ ਮਿਲਦਾ ਹੈ ਇਸਦੇ ਜਿਹੜੇ ਰੈਸ਼ਿਸ ਹੁੰਦੇ ਨੇ ਜਾਂ ਫਿਰ ਕਹਿ ਲਓ ਸਕਿਨ ਦੇ ਉੱਤੇ ਧੱਫੜ ਹੁੰਦੇ ਨੇ, ਇਸਦੇ ਵਿੱਚ ਕੀ ਡਿਫਰੈਂਸ ਹੁੰਦਾ? ਜੀ ਸੋ ਇੱਕ ਬਹੁਤ ਇੰਪੋਰਟੈਂਟ ਡਿਫਰੈਂਸ ਹੈ ਕਿ ਮੰਕੀ ਪੌਕਸ ਦਾ ਰੈਸ਼ ਫੇਸ ਤੋਂ ਸ਼ੁਰੂ ਹੋ ਕੇ ਪੂਰੀ ਬੋਡੀ ਵਿੱਚ ਫੈਲਦਾ ਹੈ, ਅਤੇ ਚਿਕਨ ਪੌਕਸ ਦਾ ਜਿਹੜਾ ਰੈਸ਼ ਹੈ ਉਹ ਟਰੰਕ, ਸਾਡੀ ਜਿਹੜੀ ਬੋਡੀ ਹੈ ਉਹ ਜਿਵੇਂ ਪੇਟ ਹੈ, ਛਾਤੀ ਹੈ, ਉੱਥੋਂ ਸ਼ੁਰੂ ਹੁੰਦਾ ਹੈ ਅਤੇ ਉੱਥੋਂ ਪੈਰੀਫਰੀਜ਼ ਦਾ ਜੋ ਕਿ ਸਾਡੇ ਹੱਥ ਹੈ, ਪੈਰ ਹੈ, ਫੇਸ ਹੈ, ਉਹਦੇ ਡਾਇਰੈਕਸ਼ਨ ਵਿੱਚ ਫੈਲਦਾ ਹੈ। ਸੋ ਪਹਿਲਾ ਡਿਫਰੈਂਸ ਇਜ਼ ਦ ਡਾਇਰੈਕਸ਼ਨ ਆਫ ਸਪਰੈਡ ਆਫ ਰੈਸ਼। ਦੂਜਾ ਡਿਫਰੈਂਸ ਹੈ ਚਿਕਨ ਪੌਕਸ ਦੇ ਜਿਹੜੇ ਰੈਸ਼ ਹੁੰਦੇ ਨੇ ਉਹ ਕਦੇ ਵੀ ਹਥੇਲੀਆਂ 'ਤੇ, ਪਾਮਸ 'ਤੇ ਅਤੇ ਪੈਰ ਦੀਆਂ ਤਲੀਆਂ 'ਤੇ ਨਹੀਂ ਹੁੰਦੇ, ਲੇਕਿਨ ਮੰਕੀ ਪੌਕਸ ਦੇ ਰੈਸ਼ ਪਾਮਸ ਐਂਡ ਸੋਲਸ ਦੇ ਵਿੱਚ ਇਨਵੋਲਵਮੈਂਟ ਰੱਖਦੇ ਨੇ। ਜੀ ਬਿਲਕੁਲ, ਜਿਸ ਤਰੀਕੇ ਦੇ ਨਾਲ ਇਹ ਮੰਕੀ ਪੌਕਸ ਜੋ ਬਿਮਾਰੀ ਹੈ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ, ਸਭ ਤੋਂ ਪਹਿਲਾਂ ਤਾਂ ਇਸਦੇ ਫੈਲਣ ਦਾ ਕਾਰਨ ਕੀ ਹੈ, ਕਿਸੇ ਇਨਸਾਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ? ਸੋ ਸਭ ਤੋਂ ਪਹਿਲਾਂ ਇਹ ਬਿਮਾਰੀ ਫੈਲਣੀ ਉਦੋਂ ਸ਼ੁਰੂ ਹੋਈ ਸੀਗੀ ਜਦੋਂ ਕਿ ਐਨੀਮਲਸ ਦਾ ਟ੍ਰੇਡ ਸ਼ੁਰੂ ਹੋਇਆ ਸੀਗਾ, ਜਦੋਂ ਅਫਰੀਕਨ ਐਗਜ਼ੋਟਿਕ ਐਨੀਮਲਸ ਜਾਂ ਲੈਬ ਐਕਸਪੈਰੀਮੈਂਟ ਵਾਸਤੇ ਐਨੀਮਲਸ ਅਫਰੀਕਨ ਕੰਟਰੀਜ਼ ਤੋਂ ਬਾਕੀ ਕੰਟਰੀਜ਼ ਵਿੱਚ ਟ੍ਰੇਡ ਕੀਤੇ ਗਏ ਸੀਗੇ, ਉਹਨਾਂ ਐਨੀਮਲਸ ਦੇ ਥਰੂ ਇਸ ਵਾਇਰਸ ਦਾ ਟ੍ਰਾਂਸਮਿਸ਼ਨ ਹੋਇਆ ਸੀਗਾ। ਐਨੀਮਲ ਟੂ ਹਿਊਮਨ ਟ੍ਰਾਂਸਮਿਸ਼ਨ ਹੋਇਆ ਸੀ ਲੈਬ ਵਰਕਰਸ ਅਤੇ ਹੈਲਥ ਕੇਅਰ ਵਰਕਰਸ ਅਤੇ ਲੈਬ ਐਕਸਪੈਰੀਮੈਂਟ ਵਰਕਰਸ ਤੋਂ। ਜਦੋਂ ਇਹ ਲੋਕ ਇਸ ਵਾਇਰਸ ਦੇ ਕੋਂਟੈਕਟ ਵਿੱਚ ਆਏ, ਇਹ ਆਪ ਇਨਫੈਕਟ ਹੋਏ ਅਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ। ਜਦੋਂ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਸ਼ੁਰੂ ਹੋਇਆ, ਇੰਟਰਨੈਸ਼ਨਲ ਟ੍ਰੈਵਲ ਵਧਣ ਤੋਂ ਬਾਅਦ ਇਹ ਵਾਇਰਸ ਇੰਟਰਨੈਸ਼ਨਲੀ ਫੈਲਣਾ ਸ਼ੁਰੂ ਹੋ ਗਿਆ। ਜੀ ਠੀਕ ਹੈ, ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ ਹਾਂ। ਕੀ ਨਾਮ ਹੈ ਤੁਹਾਡਾ, ਕਿੱਥੋਂ ਤੁਸੀਂ ਗੱਲ ਕਰ ਰਹੇ ਹੋ?
ਗੁਰਪ੍ਰੀਤ ਸਿੰਘ ਜੀ ਸੁਨਾਮ ਤੋਂ ਡਿਸਟ੍ਰਿਕਟ ਸਰੂਰ। ਹਾਂਜੀ ਕੀ ਸਵਾਲ ਹੈ ਤੁਹਾਡਾ? ਹੈਲੋ, ਹਾਂਜੀ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਪਾ ਰਹੀ ਹੈ, ਤੁਹਾਡੇ ਤੁਸੀਂ ਆਪਣਾ ਸਵਾਲ ਦੱਸੋ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਟੀਵੀ ਦੀ ਵੋਲਿਊਮ ਬਿਲਕੁਲ ਬੰਦ ਕਰ ਦਿਓ ਤਾਂ ਕਿ ਬਿਨਾਂ ਡਿਸਟਰਬੈਂਸ ਦੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕੋ। ਹਾਂਜੀ ਹਾਂਜੀ। ਸੋ ਜਿਹੜੇ ਵੀ ਕਾਲਰ ਸਾਡੇ ਨਾਲ ਜੁੜਦੇ ਨੇ ਅਸੀਂ ਉਹਨਾਂ ਨੂੰ ਬਾਰ ਬਾਰ ਇਹੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਸਾਨੂੰ ਕਾਲ ਲਗਾਉਂਦੇ ਹੋ ਜਾਂ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਟੀਵੀ ਦੀ ਵੋਲਿਊਮ ਬਿਲਕੁਲ ਬੰਦ ਕਰ ਦਿਓ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਮੰਕੀ ਪੌਕਸ ਬਾਰੇ। ਜਿਸ ਤਰੀਕੇ ਮੈਮ ਤੁਸੀਂ ਦੱਸਿਆ ਕਿ ਮੰਕੀ ਪੌਕਸ ਅਤੇ ਚਿਕਨ ਪੌਕਸ ਦੇ ਲੱਛਣਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਡਿਫਰੈਂਸ ਹੈ, ਇਸਦੇ ਜੋ ਰੈਸ਼ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਡਿਫਰੈਂਸ ਦੇਖਣ ਨੂੰ ਮਿਲਿਆ, ਲੇਕਿਨ ਅਸੀਂ ਗੱਲ ਕਰ ਰਹੇ ਸੀ ਕਿ ਇਨਸਾਨਾਂ ਤੱਕ ਇਹ ਬਿਮਾਰੀ ਪ੍ਰਭਾਵਿਤ ਕਿਵੇਂ ਕਰਦੀ ਹੈ, ਕਿਉਂਕਿ ਬਹੁਤ ਸਾਰੇ ਅਸੀਂ ਲੋਕ ਦੇਖੇ ਨੇ ਜੋ ਕਿ ਜਾਨਵਰਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਬਹੁਤ ਸਾਰੇ ਲੋਕ ਆਪਣੇ ਘਰ ਪੈਟ ਐਨੀਮਲਸ ਰੱਖਦੇ ਨੇ, ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਬਾਂਦਰ ਵੀ ਦੇਖੇ ਗਏ ਨੇ ਜੋ ਜਿਨ੍ਹਾਂ ਨੂੰ ਜਾਨਵਰਾਂ ਦੇ ਨਾਲ ਪਿਆਰ ਹੁੰਦਾ ਉਹ ਪੈਟ ਐਨੀਮਲ ਐਜ਼ ਰੱਖਦੇ ਨੇ, ਲੇਕਿਨ ਉਹ ਕਿੰਨਾ ਕੁ ਖਤਰਨਾਕ ਹੋ ਸਕਦਾ ਕਿਉਂਕਿ ਬਹੁਤ ਸਾਰੇ ਹੋਰ ਵੀ ਵਾਇਰਸ ਨੇ ਜੋ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੇ ਨੇ। ਜਾਨਵਰਾਂ ਦੇ ਕੰਟੈਕਟ ਵਿੱਚ ਜੋ ਲੋਕ ਜ਼ਿਆਦਾ ਆਉਂਦੇ ਨੇ ਉਹਨਾਂ ਜਾਨਵਰਾਂ ਵਿੱਚ ਬਹੁਤ ਸਾਰੇ ਵਾਇਰਸ ਕਲਟੀਵੇਟ ਹੁੰਦੇ ਨੇ ਜੋ ਕਿ ਐਨੀਮਲ ਟੂ ਹਿਊਮਨ ਟ੍ਰਾਂਸਮਿਸ਼ਨ ਕਰ ਸਕਦੇ ਨੇ। ਸੋ ਸਭ ਤੋਂ ਪਹਿਲੀ ਹਿਦਾਇਤ ਇਹੀ ਰਹਿੰਦੀ ਹੈ ਕਿ ਜੇ ਤੁਸੀਂ ਕੋਈ ਪੈਟ ਐਨੀਮਲ ਰੱਖਦੇ ਹੋ ਤਾਂ ਉਹਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਉਹ ਐਨੀਮਲ ਚੰਗੀ ਤਰ੍ਹਾਂ ਵੈਕਸੀਨੇਟਿਡ ਹੈ। ਸੈਕਿੰਡਲੀ, ਇਹ ਬਿਮਾਰੀ ਯੂਜੁਅਲੀ ਰੋਡੈਂਟਸ ਤੋਂ ਫੈਲਦੀ ਹੈ ਅਦਰ ਦੈਨ ਮੌਂਕੀਸ। ਰੋਡੈਂਟਸ ਵਿੱਚ ਆਉਂਦੇ ਸਾਡੀ ਰੈਟਸ, ਸਕੁਇਰਲਸ ਐਟਸੈਟਰਾ। ਰੈਟਸ ਐਂਡ ਸਕੁਇਰਲਸ ਕਾਫੀ ਕਾਮਨ ਪਬਲਿਕ ਪ੍ਰੋਬਲਮ ਹੈਗੀਆਂ ਨੇ ਐਂਡ ਉਹਨਾਂ ਦੀ ਬਾਈਟ ਤੋਂ ਇਹ ਵਾਇਰਸ ਫੈਲਦਾ ਹੈ। ਜਿਹੜੇ ਮੰਕੀ ਤੋਂ ਟ੍ਰਾਂਸਮਿਸ਼ਨ ਹੈ ਉਹ ਮੰਕੀ ਟ੍ਰਾਂਸਮਿਸ਼ਨ ਵੀ ਮੰਕੀ ਦੇ ਕੰਟੈਕਟ ਵਿੱਚ ਆਉਣ ਤੋਂ ਬਾਅਦ ਫੈਲਦਾ ਹੈ। ਉਸ ਮੰਕੀ ਦਾ ਇਨਫੈਕਟਿਡ ਹੋਣਾ ਜ਼ਰੂਰੀ ਹੈ। ਉਹ ਮੰਕੀ ਦੀ ਬਾਈਟ, ਕਲੋਜ਼ ਕੰਟੈਕਟ, ਉਹਦੀਆਂ ਸਿਕਰੀਸ਼ਨਸ, ਜੋ ਵੀ ਇਨਫੈਕਟਿਡ ਮੰਕੀ ਹੈ ਉਹਦੇ ਕੰਟੈਕਟ ਵਿੱਚ ਆਏਗਾ ਉਹਨੂੰ ਹਿਊਮਨ ਐਨੀਮਲ ਟੂ ਹਿਊਮਨ ਟ੍ਰਾਂਸਮਿਸ਼ਨ ਦਾ ਰਿਸਕ ਹੈ। ਇਹਦੇ ਵਾਸਤੇ ਜ਼ਰੂਰੀ ਹੈ ਜਿਹੜੇ ਲੋਕ ਇਹਨਾਂ ਐਨੀਮਲਸ ਦੇ ਕਲੋਜ਼ ਕੰਟੈਕਟ ਵਿੱਚ ਰਹਿੰਦੇ ਨੇ, ਜਿਨ੍ਹਾਂ ਕੋਲ ਪੈਟ ਮੰਕੀਜ਼ ਨੇ ਜਾਂ ਮੰਕੀਜ਼ ਦੇ ਨਾਲ ਉਹਨਾਂ ਦਾ ਕੰਮਕਾਰ ਜੁੜਿਆ ਹੋਇਆ ਹੈ, ਉਹਨਾਂ ਲੈਬ ਜਾਂ ਐਕਸਪੈਰੀਮੈਂਟ ਵਰਕਰਸ ਨੂੰ ਜਾਂ ਹੈਲਥ ਵਰਕਰਸ ਨੂੰ ਵੈਕਸੀਨੇਟਿਡ ਹੋਣਾ ਬਹੁਤ ਜ਼ਰੂਰੀ ਹੈ। ਸੋ ਦੈਟ ਉਹਨਾਂ ਨੂੰ ਜੇ ਐਕਸਪੋਜਰ ਹੋਵੇ ਤਾਂ ਉਹਨਾਂ ਵਿੱਚ ਉਹ ਬਿਮਾਰੀ ਐਕਸਪ੍ਰੈਸ ਨਾ ਕਰੇ। ਜੀ ਠੀਕ ਹੈ, ਦੋ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਜੀ ਮੋਹਾਲੀ ਤੋਂ ਕਰਦੀ, ਲਖਵਿੰਦਰ ਕੌਰ। ਹਾਂਜੀ ਮੈਮ ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹੈ ਜੀ, ਮੇਰੇ ਕੋਲ ਸਾਡੇ ਚਲੇ ਗਏ ਆ, ਮੈਂ ਬੜੀ ਉਸ ਤੋਂ ਮੈਡੀਸਨ ਵੀ ਲਈ, ਡਾਕਟਰ ਕੋਈ ਫਰਕ ਨਹੀਂ ਪਿਆ। ਮੈਂ ਆਪ ਵੀ ਸਵਾਈ ਵੀ ਰੱਖਦੀ ਹਾਂ, ਪਤਾ ਨੀ ਕਾਂ ਕਿਆ ਕਿਸੇ ਦੇ ਪਰਸਨਲ ਐਪ ਤੇ ਲੇਡੀ ਦੀ ਜਿਹਨੂੰ ਹੋਇਆ ਹੋਏਗਾ ਕਿਤੇ ਕਿਤੇ ਇਹ ਸਾਲੇ, ਜਿਸ ਤਰ੍ਹਾਂ ਉਹ ਚੀਚਕ ਹੁੰਦੀ ਹੈ ਨਾ, ਇਸ ਤਰ੍ਹਾਂ ਪਾਣੀ ਦੇ ਭਰੇ ਹੁੰਦੇ ਆ ਜੀ। ਠੀਕ ਹੈ, ਤੁਸੀਂ ਬਣੇ ਰਹੋ ਸਾਡੇ ਨਾਲ, ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ। ਇੱਕ ਦੂਸਰੇ ਕਾਲਰ ਦਾ ਸਵਾਲ ਵੀ ਜਾਣ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਰਮਿੰਦਰ ਸਿੰਘ ਆ ਜੀ। ਹਾਂਜੀ ਸੈਫ ਬੋਲਦੀ ਹਾਂ ਮੈਂ, ਮਨਜੀਤ ਕੌਰ। ਹਰਮਿੰਦਰ ਸਿੰਘ ਜੀ ਨੇ ਸਵਾਲ ਕੀਤਾ, ਬੋਲ ਨਹੀਂ ਸਕਦੇ ਬਾਹਲਾ, ਤੇ ਉਹ ਟੀਵੀ ਤੇ ਅਸੀਂ ਇੰਨੀ ਐਡ ਦੇਖਦੇ ਹਾਂ ਵੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹਨਾ, ਜਿਵੇਂ ਹੁਣ ਇਹਨਾਂ ਨੂੰ 14 ਸਾਲ ਹੋ ਗਏ ਅਟੈਕ ਦਰੰਗ ਹੋਇਆ ਹੋਇਆ, ਤੇ ਵੀ ਮਤਲਬ ਅਸੀਂ ਡਰਦੇ ਰਹਿੰਦੇ ਹਾਂ ਵੀ ਕੋਈ ਹੋਰ ਬਿਮਾਰੀ ਨਾ ਹੋਵੇ ਐਂ, ਹਨਾ, ਵੀ ਕੋਈ ਸਾਨੂੰ ਸਹੂਲਤ ਨਹੀਂ ਹੈਗੀ ਵੀ ਕੋਈ ਘਰੇ ਸਾਨੂੰ ਕੋਈ ਦੇਖੇ ਆ ਕੇ ਜਾਂ ਬੀਪੀ ਚੈੱਕ ਕਰੇ ਜਾਂ ਸ਼ੂਗਰ ਚੈੱਕ ਕਰੇ।
ਜੀ ਠੀਕ ਹੈ, ਤੁਸੀਂ ਬਣੇ ਰਹੋ ਸਾਡੇ ਨਾਲ, ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਪੁੱਤਰਾ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਨੱਥੜੀ ਤੋਂ ਬੋਲਦਾ, ਬੁੱਤ ਲਾਭ ਸਿੰਘ, ਜ਼ਿਲ੍ਹਾ ਮਲੇਰਕੋਟਲਾ। ਜੀ ਕੀ ਸਵਾਲ ਹੈ ਤੁਹਾਡਾ? ਸਵਾਲ ਪੁੱਤ, ਮੈਂ ਇਹ ਆਪਣੇ ਡਾਕਟਰ ਸਾਹਿਬ ਆਪਣੇ ਬੇਟੀ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੇ ਪਰਿਵਾਰ ਦੇ ਵਿੱਚ ਇੱਕ ਸਾਡੇ ਮੁੰਡੇ ਦੇ ਧੱਫੜ ਹੋ ਜਾਂਦੇ ਜਦੋਂ ਨਹਾਉਂਦਾ, ਉਹ ਤੁਸੀਂ ਬਣੇ ਰਹੋ ਸਾਡੇ ਨਾਲ, ਅਸੀਂ ਸਵਾਲ ਦੇ ਤੁਹਾਡੇ ਜਵਾਬ ਜ਼ਰੂਰ ਦੇਵਾਂਗੇ। ਤਾਂ ਜਿਸ ਤਰੀਕੇ ਦੇ ਨਾਲ ਮੈਮ ਸਾਡੇ ਕਾਲਰਸ ਦਾ ਜਿਹੜਾ ਸਿਮਿਲਰ ਸਵਾਲ ਦੋ ਕਾਲਰਸ ਦੇ ਸਾਡੇ ਸਾਹਮਣੇ ਆਏ ਨੇ ਕਿ ਇੱਕ ਮੈਮ ਦਾ ਸਵਾਲ ਸੀ ਕਿ ਉਹਨਾਂ ਦੇ ਜਿਹੜੇ ਰੈਸ਼ਸ ਹੋ ਰਹੇ ਨੇ ਲੇਕਿਨ ਕਾਰਨ ਹਾਲੇ ਤੱਕ ਉਹਨਾਂ ਨੂੰ ਨਹੀਂ ਪਤਾ ਲੱਗਿਆ। ਮੰਕੀ ਪੌਕਸ ਦੇ ਜਿਹੜੇ ਹੈ ਰੈਸ਼ਸ, ਜਿਸ ਤਰੀਕੇ ਨਾਲ ਤੁਸੀਂ ਵੀ ਦੱਸਿਆ ਕਿ ਜਿਹੜੇ ਹੈ ਇਹ ਹੱਥਾਂ ਪੈਰਾਂ ਦੀ ਜਾਂ ਪਾਮ 'ਤੇ ਹੋ ਸਕਦੇ ਨੇ, ਕਿਵੇਂ ਉਹਨਾਂ ਲੋਕਾਂ ਨੂੰ ਡਾਊਟਸ ਉਹਨਾਂ ਦੇ ਕਲੀਅਰ ਹੋਣਗੇ, ਕਿਹੜੇ ਉਹ ਟੈਸਟ ਕਰਾਨ ਮੰਕੀ ਪੌਕਸ ਜਾਣਨ ਦੇ ਲਈ? ਪਹਿਲੀ ਗੱਲ, ਜਿਹੜੇ ਰੈਸ਼ਸ ਦੀ ਉਹ ਗੱਲ ਕਰ ਰਹੇ ਨੇ, ਸਿੰਸ ਮੰਕੀ ਪੌਕਸ ਮੋਸਟਲੀ ਉਹਨਾਂ ਲੋਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਹੈਗੀ ਹੈ ਕਿਸੇ ਵੀ ਐਂਡੈਮਿਕ ਰੀਜਨ ਤੋਂ, ਅਤੇ ਫਸਟ ਆਫ ਆਲ ਉਹਨਾਂ ਨੂੰ ਇਹ ਹਦਾਇਤ ਹੈ ਕੋਈ ਆਪਣੀ ਨੀਅਰੈਸਟ ਹੈਲਥ ਕੇਅਰ ਫੈਸਿਲਿਟੀ 'ਤੇ ਉਹ ਰਿਪੋਰਟ ਕਰਨ, ਕਿਸੇ ਐਕਸਪਰਟ ਹੈਲਥ ਕੇਅਰ ਪ੍ਰੋਫੈਸ਼ਨਲ ਨੂੰ, ਕਿਸੇ ਡਾਕਟਰ ਨੂੰ ਉਹ ਆਪਣੇ ਰੈਸ਼ਸ ਦਿਖਾਉਣ, ਬਿਕੋਜ਼ ਹਜੇ ਮੰਕੀ ਪੌਕਸ ਇੰਨਾ ਕਾਮਨ ਵਾਇਰਸ ਨਹੀਂ ਹੈ। ਉਹਨਾਂ ਦੀ ਇੱਕ ਡਿਟੇਲ ਐਗਜ਼ਾਮੀਨੇਸ਼ਨ ਕਰਨ ਦੀ ਲੋੜ ਹੈਗੀ ਹੈ, ਉਹਨਾਂ 'ਤੇ ਜੋ ਵੀ ਤੱਫੜ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਐਗਜ਼ਾਮਿਨ ਕਰਕੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਕਿ ਉਹ ਵਾਕਈ ਹੀ ਮੰਕੀ ਪੌਕਸ ਦੇ ਤੱਫੜ ਦੇ ਵਾਂਗੂ ਹੈ, ਉਹਨਾਂ ਨੂੰ ਕਿ ਜੇ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਨੂੰ ਇਹ ਡਾਊਟ ਲੱਗ ਰਿਹਾ ਹੈ ਕਿ ਇਹ ਮੰਕੀ ਪੌਕਸ ਦਾ ਰੈਸ਼ ਹੈ, ਉਹ ਤੁਹਾਨੂੰ ਅੱਗੇ ਗਾਈਡ ਕਰਨਗੇ ਕਿ ਅੱਗੇ ਫਰਦਰ ਲੈਬੋਰੇਟਰੀ ਟੈਸਟਿੰਗ ਹੋਣੀ ਚਾਹੀਦੀ ਹੈ। ਜੇ ਉਹਨਾਂ ਦੀ ਕੋਈ ਟਰੈਵਲ ਹਿਸਟਰੀ ਹੈ ਕਿਸੇ ਅਫਰੀਕਨ ਕੰਟਰੀ ਦੀ ਜਾਂ ਕਿਸੇ ਇਹੋ ਜਿਹੀ ਜਗ੍ਹਾ ਦੀ ਜਿੱਥੇ ਮੰਕੀ ਪੌਕਸ ਬਹੁਤ ਕਾਮਨ ਹੈ, ਤਾਂ ਉਹਨਾਂ ਨੂੰ ਫਰਦਰ ਲੈਬ ਟੈਸਟਿੰਗ ਵਾਸਤੇ ਐਡਵਾਈਸ ਕੀਤਾ ਜਾਏਗਾ। ਮੰਕੀ ਪੌਕਸ ਦੇ ਲੈਬ ਟੈਸਟ ਬਹੁਤ ਕਾਮਨਲੀ ਅਵੇਲੇਬਲ ਹਜੇ ਨਹੀਂ ਹੈਗੇ ਨੇ, ਅਤੇ ਬਹੁਤ ਗਵਰਨਮੈਂਟ ਐਸੋਸੀਏਟਿਡ ਲੈਬਸ ਵਿੱਚ ਹੀ ਅਵੇਲੇਬਲ ਹੈਗੇ ਨੇ। ਜਿਹੜੇ ਲੋਕਾਂ ਨੂੰ ਟਰੈਵਲ ਹਿਸਟਰੀ ਹੈ ਉਹਨਾਂ ਲੋਕਾਂ ਨੂੰ ਜੇ ਸਿਮਟਮਸ ਆਉਂਦੇ ਨੇ ਤਾਂ ਉਹਨਾਂ ਲੈਬਸ ਵਿੱਚ ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ। ਤੇ ਇਹਨਾਂ ਲੋਕਾਂ ਨੂੰ ਇਹੀ ਹਦਾਇਤ ਹੈ ਕਿ ਉਹ ਆਪਣੇ ਨੀਅਰੈਸਟ ਹੈਲਥ ਕੇਅਰ ਪ੍ਰੋਵਾਈਡਰ ਕੋਲ ਜਾਣ ਅਤੇ ਉੱਥੇ ਆਪਣੇ ਤੱਫੜਾਂ ਦੀ ਐਗਜ਼ਾਮੀਨੇਸ਼ਨ ਕਰਵਾ ਕੇ ਉਹਨਾਂ ਕੋਲ ਫਾਈਨਲ ਆਪਣਾ ਡਾਇਗਨੋਸਿਸ ਪੂਰਾ ਕਰਾਉਣ। ਜੀ ਬਿਲਕੁਲ, ਤਾਂ ਇਹ ਤੁਸੀਂ ਜ਼ਰੂਰ ਸਹੀ ਕਿਹਾ ਕਿ ਹਲੇ ਇਸਦੇ ਮਾਮਲੇ ਜਿਹੜੇ ਹੈ ਘੱਟ ਨੇ, ਲੇਕਿਨ ਫਿਰ ਵੀ ਸਿਹਤ ਮੰਤਰਾਲਾ ਜਾਂ ਫਿਰ ਕਹਿ ਲਓ ਕਿ ਬਹੁਤ ਜ਼ਿਆਦਾ ਅਲਰਟ ਹੋ ਚੁੱਕੇ ਹੈ ਇੱਥੇ ਇਹ ਸਾਰੀ ਬਿਮਾਰੀਆਂ ਨਾ ਫੈਲਣ। ਦੂਸਰੇ ਕਾਲਰ ਦਾ ਸਵਾਲ ਵੀ ਇਹ ਸੀ ਕਿ ਘਰ ਦੇ ਵਿੱਚ ਜੇਕਰ ਕੋਈ ਵੀ ਇੱਕੋ ਟਾਵਲ ਯੂਜ਼ ਕਰਦਾ, ਇੱਕੋ ਸੋਪ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਦੇ ਨਾਲ ਹੋਰ ਵੀ ਜਿਹੜੇ ਵਾਇਰਸ ਫੈਲ ਸਕਦੇ ਨੇ, ਸੋ ਕੀ ਅਹਤਿਆਤ ਜਿਹੜੇ ਵਰਤਣੇ ਚਾਹੀਦੇ ਨੇ? ਕੀ ਇਸ ਦਾ ਕਾਰਨ ਵੀ ਹੈ ਕਿ ਜਿਹੜੇ ਵਾਇਰਸ ਨੇ ਉਹ ਹੋਰ ਜ਼ਿਆਦਾ ਅੱਗੇ ਗੰਭੀਰ ਹੋ ਸਕਦੇ ਨੇ? ਜੇਕਰ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਇੱਕੋ ਜਿਹੜੀਆਂ ਜੋ ਪਰਸਨਲ ਯੂਜ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਉਸ ਨੂੰ ਵੀ ਜੇ ਅਸੀਂ ਸ਼ੇਅਰ ਕਰਦੇ ਹਾਂ। ਜੀ ਇਹ ਬਹੁਤ ਅੱਛਾ ਸਵਾਲ ਹੈ। ਜੇ ਵੀ ਕਿਸੇ ਪੇਸ਼ੈਂਟ ਨੂੰ ਮੰਕੀ ਪੌਕਸ ਦੇ ਵਾਇਰਸ ਦੇ ਸਿਮਟਮਸ ਆਉਂਦੇ ਨੇ, ਜਾਂ ਫੋਰ ਦੈਟ ਮੈਟਰ ਕਿਸੇ ਵੀ ਈਵਨ ਚਿਕਨ ਪੌਕਸ ਦੇ ਵੀ ਸਿਮਟਮਸ ਹੁੰਦੇ ਨੇ ਜੋ ਕਿ ਬਹੁਤ ਇਨਫੈਕਟਿਵ ਵਾਇਰਸਿਸ ਨੇ, ਅਤੇ ਉਹ ਪੇਸ਼ੈਂਟ ਫੈਮਿਲੀ ਦੇ ਵਿੱਚ ਰਹਿ ਰਿਹਾ ਹੈ, ਤਾਂ ਪਹਿਲੀ ਗੱਲ ਸਭ ਤੋਂ ਇੰਪੋਰਟੈਂਟਲੀ ਉਹ ਪੇਸ਼ੈਂਟ ਨੂੰ ਆਈਸੋਲੇਟ ਕਰਨਾ ਬਹੁਤ ਜ਼ਰੂਰੀ ਹੈ।
ਉਸ ਪੇਸ਼ੈਂਟ ਨੂੰ ਆਈਸੋਲੇਸ਼ਨ ਵਿੱਚ ਰੱਖਣਾ, ਉਹਦੀ ਦੇਖਭਾਲ ਦੇ ਵਿੱਚ ਜੋ ਵੀ ਤੁਸੀਂ ਸਮਾਨ ਯੂਜ਼ ਕਰ ਰਹੇ ਹੋ, ਜੋ ਟੋਵਲਸ ਯੂਜ਼ ਕਰ ਰਹੇ ਹੋ ਜਾਂ ਜੋ ਸਰਫੇਸਿਸ ਕੰਟੈਕਟ ਵਿੱਚ ਆ ਰਹੇ ਨੇ, ਉਹਨਾਂ ਨੂੰ ਰੈਗੂਲਰਲੀ ਡਿਸਇਨਫੈਕਟ ਕਰਨਾ ਬਹੁਤ ਜ਼ਰੂਰੀ ਹੈ। ਉਹ ਬਾਕੀ ਜਿੰਨੇ ਵੀ ਫੈਮਿਲੀ ਮੈਂਬਰਸ ਦੇ ਕੰਟੈਕਟ ਵਿੱਚ ਆ ਰਹੇ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ, ਜੇ ਬਾਕੀ ਕੰਟੈਕਟਸ ਨੂੰ ਵੀ ਸਿਮਟਮਸ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਟਾਈਮਲੀ ਮੈਡੀਕੇਸ਼ਨ ਸਟਾਰਟ ਕਰਨੀ ਚਾਹੀਦੀ ਹੈ। ਜਿਵੇਂ ਕਿ ਅਸੀਂ ਕੋਵਿਡ ਵਿੱਚ ਅਫੈਕਟਿਡ ਪਰਸਨ ਨੂੰ ਆਈਸੋਲੇਟ ਕਰਦੇ ਸੀਗੇ ਅਤੇ ਬਹੁਤ ਜ਼ਿਆਦਾ ਹੈਂਡ ਹਾਈਜੀਨ ਅਸੀਂ ਰੈਗੂਲਰਲੀ ਹੱਥ ਧੋਂਦੇ ਸੀ, ਮਾਸਕ ਪਾਉਂਦੇ ਸੀਗੇ, ਸਿਮਿਲਰ ਟਰਮਸ ਦੇ ਵਿੱਚ ਇਸ ਬਿਮਾਰੀ ਨੂੰ ਵੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਅਤੇ ਬਾਕੀ ਫੈਮਿਲੀ ਮੈਂਬਰਸ ਨੂੰ ਮਾਸਕ ਪਾਉਣਾ ਚਾਹੀਦਾ ਹੈ, ਰੈਗੂਲਰਲੀ ਹੱਥ ਧੋਣੇ ਚਾਹੀਦੇ ਨੇ, ਆਪਣੇ ਸਰਫੇਸਿਸ ਨੂੰ ਰੈਗੂਲਰਲੀ ਡਿਸਇਨਫੈਕਟ ਕਰਨਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਕੰਟੈਕਟ ਮੇਨਟੇਨ ਕਰਨਾ ਚਾਹੀਦਾ ਹੈ। ਜੀ ਠੀਕ ਹੈ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਅਸੀਂ ਅੰਬਾਲੇ ਤੋਂ ਗੱਲ ਕਰਦੇ ਹਾਂ ਜੀ, ਮਨਦੀਪ ਸਿੰਘ ਆ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਸਾਡਾ ਸਵਾਲ ਇਹ ਹੈਗਾ ਜੀ, ਆਪਣਾ ਜਿਹੜੀ ਇਹ ਬਿਮਾਰੀ ਚੱਲ ਰਹੀ ਹੈ ਮੰਕੀ ਪੌਕਸ ਦੀ, ਜੀ ਇਹ ਕਿਹੜੀ ਬਿਮਾਰੀ ਹੈ ਜੀ? ਇਹ ਬੇਸਿਕਲੀ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ, ਮੰਕੀਜ਼ ਤੋਂ ਖਾਸ ਕਰਕੇ ਇਹ ਵਾਇਰਸ ਹੈ ਜੋ ਇਨਸਾਨਾਂ ਤੱਕ ਫੈਲਦਾ ਹੈ, ਅਤੇ ਇਸਦੇ ਲੱਛਣ ਵੀ ਚਿਕਨ ਪੌਕਸ ਦੀ ਤਰ੍ਹਾਂ ਹੁੰਦੇ ਨੇ, ਲੇਕਿਨ ਬਹੁਤ ਥੋੜ੍ਹੇ ਜਿਹੜੇ ਡਿਫਰੈਂਸ ਜ਼ਰੂਰ ਦੇਖੇ ਜਾਂਦੇ ਨੇ। ਇਸ ਸੰਬੰਧੀ ਤੁਹਾਡਾ ਕੀ ਸਵਾਲ ਹੈ? ਇਹਦੇ ਲਈ ਸਵਾਲ ਇਹ ਤਾਂ ਕਿ ਇਹਦੇ ਬਚਣ ਦੇ ਉਪਾਏ ਕੀ ਹੈ ਜੇ ਤੋਂ? ਜੀ ਠੀਕ ਹੈ, ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ। ਤਾਂ ਡਾਕਟਰ ਸਾਹਿਬ, ਇਸ ਜੇ ਮੰਕੀ ਪੌਕਸ ਜੇਕਰ ਕਿਸੇ ਨੂੰ ਹੋ ਜਾਂਦਾ ਤਾਂ ਫਿਰ ਬਚਾਅ ਦੇ ਕੀ ਜਿਹੜੇ ਹੋ ਸਕਦਾ, ਬਚਾਅ ਦਾ ਕੀ ਰਸਤਾ ਹੈ, ਕਿਸ ਤਰ੍ਹਾਂ ਇਸਦਾ ਇਲਾਜ ਕੀਤਾ ਜਾਂਦਾ? ਸੋ ਜੇ ਕਿਸੇ ਨੂੰ ਮੰਕੀ ਪੌਕਸ ਟ੍ਰਾਂਸਮਿਟ ਹੋ ਜਾਂਦਾ ਹੈ ਅਤੇ ਉਹਦੇ ਐਕਸਪੋਜ਼ਰ ਦੇ 4 ਦਿਨਾਂ ਦੇ ਵਿੱਚ ਵਿੱਚ ਜੇ ਵੈਕਸੀਨ ਲੱਗ ਜਾਏ ਤਾਂ ਉਹਦੇ ਸਿਮਟਮਸ ਕਾਫੀ ਇੰਪਰੂਵ ਹੋ ਜਾਂਦੇ ਨੇ। ਜੇ ਉਹਨਾਂ ਨੂੰ ਆਲਰੇਡੀ ਸਿਮਟਮਸ ਆ ਚੁੱਕੇ ਨੇ, ਜੇ ਫੀਵਰ ਆ ਚੁੱਕਿਆ ਹੈ, ਰੈਸ਼ ਕਾਫੀ ਜ਼ਿਆਦਾ ਪ੍ਰੈਵਲੈਂਟ ਹੈ, ਅਤੇ ਉਹਦੇ ਵਿੱਚ ਉਹ ਆਪਣੇ ਨੀਅਰੈਸਟ ਡਾਕਟਰ ਨੂੰ ਕੰਸਲਟ ਕਰਨ। ਇਹਦੇ ਵਿੱਚ ਸਾਰਾ ਟ੍ਰੀਟਮੈਂਟ ਸਪੋਰਟਿਵ ਹੁੰਦਾ ਹੈ, ਫੀਵਰ ਨੂੰ ਘਟਾਉਣ ਦੀਆਂ ਦਵਾਈਆਂ, ਹਾਈਡਰੇਸ਼ਨ, ਕਾਫੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ, ਹਾਈਡਰੇਟਿਡ ਰਹਿਣਾ ਚਾਹੀਦਾ ਹੈ, ਫਲੂਇਡਸ ਦਾ ਇਨਟੇਕ ਵੱਧ ਰੱਖਣਾ ਚਾਹੀਦਾ ਹੈ, ਆਈਸੋਲੇਟਿਡ ਰਹਿਣਾ ਚਾਹੀਦਾ ਹੈ, ਆਪਣੇ ਆਸ ਪਾਸ ਦੇ ਸਰਫੇਸਿਸ ਨੂੰ ਡਿਸਇਨਫੈਕਟ ਕਰਦੇ ਰਹਿਣਾ ਚਾਹੀਦਾ ਹੈ, ਮਾਸਕ ਪਾਉਣਾ ਚਾਹੀਦਾ ਹੈ ਅਤੇ ਪੇਨ ਕਿਲਰਸ ਦਾ ਲਿਬਰਲ ਯੂਜ਼ ਕਰਨਾ ਚਾਹੀਦਾ ਹੈ। ਇਹਦੇ ਸਿਮਟਮਸ ਜੇ ਕਿਸੇ ਪੇਸ਼ੈਂਟ ਦਾ ਇਮਿਊਨ ਸਿਸਟਮ ਸਟਰੋਂਗ ਹੈ ਤਾਂ ਜ਼ਿਆਦਾ ਸੀਵੀਅਰ ਨਹੀਂ ਪਹੁੰਚਣਗੇ। ਜੇ ਇਹ ਬਿਮਾਰੀ ਬੱਚਿਆਂ ਵਿੱਚ ਜਾਂ ਕਿਸੇ ਇਹੋ ਜਿਹੇ ਇਨਸਾਨ ਵਿੱਚ ਹੁੰਦੀ ਹੈ ਜਿਹਦਾ ਇਮਿਊਨ ਸਿਸਟਮ ਕੰਪਰੋਮਾਈਜ਼ਡ ਹੈ, ਉਹਦੇ ਵਿੱਚ ਇਸ ਬਿਮਾਰੀ ਦੇ ਸੀਵੀਅਰ ਹੋਣ ਦੇ ਚਾਂਸਿਸ ਹੋ ਜਾਂਦੇ ਨੇ। ਇਹਦੀਆਂ ਕੰਪਲੀਕੇਸ਼ਨਸ ਵੀ ਇਹਨਾਂ ਲੋਕਾਂ ਵਿੱਚ ਹੀ ਪੋਸੀਬਲ ਹੁੰਦੀਆਂ ਨੇ। ਇਹਦੇ ਲਈ ਟਾਈਮ ਸਿਰ ਡਾਕਟਰ ਨੂੰ ਇਨਫੋਰਮ ਕਰਨਾ, ਜੇ ਸਾਹ ਲੈਣ 'ਚ ਕੋਈ ਤਕਲੀਫ ਹੈ ਜਾਂ ਫੀਵਰ ਬਹੁਤ ਜ਼ਿਆਦਾ ਹੈ ਅਤੇ ਦਵਾਈ ਲੈਣ ਨਾਲ ਕੰਟਰੋਲ ਨਹੀਂ ਹੋ ਰਿਹਾ ਤਾਂ ਟਾਈਮ ਸਿਰ ਐਡਮਿਟ ਹੋ ਕੇ IV ਟ੍ਰੀਟਮੈਂਟ ਦਾ ਯੂਜ਼ ਹੋਣਾ ਚਾਹੀਦਾ। ਜੀ ਠੀਕ ਹੈ ਡਾਕਟਰ ਸਾਹਿਬ, ਤੁਸੀਂ ਬਹੁਤ ਅੱਜ ਖਾਸ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਵੀ ਕਿ ਮੰਕੀ ਪੌਕਸ ਬਾਰੇ ਬਹੁਤ ਸਾਰੇ ਲੋਕ ਜਾਗਰੂਕ ਨਹੀਂ ਹਨ, ਲੇਕਿਨ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਇਸ ਬਿਮਾਰੀ ਸੰਬੰਧੀ ਜਾਗਰੂਕਤਾ ਫੈਲੀ ਹੋਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਸ ਸਮੱਸਿਆ ਦੇ ਉੱਤੇ ਸਾਡੀ ਗੱਲਬਾਤ ਹੋਈ ਹੈ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਅਤੇ ਅਸੀਂ ਵੀ ਉਮੀਦ ਕਰਦੇ ਹਾਂ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਇਹ ਗੱਲ ਦਾ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਕਿ ਚਿਕਨ ਪੌਕਸ ਅਤੇ ਮੰਕੀ ਪੌਕਸ ਦੋਵੇਂ
ਵੱਖਰੇ ਵਾਇਰਸ ਨੇ। ਮੰਕੀ ਪੌਕਸ ਜਾਨਵਰਾਂ ਤੋਂ ਫੈਲਣ ਵਾਲੀ ਇਹ ਜਿਹੜੀ ਬਿਮਾਰੀ ਹੈ, ਇਸ ਤੋਂ ਬਚਾਅ ਦੇ ਲਈ ਤੁਸੀਂ ਉਹੀ ਅਹਿਤਿਆਤ ਵਰਤੋ ਜਿਸ ਤਰੀਕੇ ਦੇ ਨਾਲ ਅਸੀਂ ਕੋਵਿਡ-19 ਦੇ ਵਿੱਚ ਵੀ ਅਹਿਤਿਆਤ ਵਰਤੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਹੁਣ ਤੱਕ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਤੇ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ।